ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ। ਅੱਜ ਤਿੰਨ ਅਜਿਹੇ ਕੋਰਸ ਡਿਸਕਸ ਕਰਾਂਗੇ ਜਿਨ੍ਹਾਂ ਨਾਲ ਪਾਰਟ ਟਾਈਮ ਜੋਬਸ ਬੜੇ ਚੰਗੇ ਵਿਦਿਆਰਥੀਆਂ ਨੂੰ ਮਿਲਦੇ ਨੇ ਔਰ ਸੈਟਲਮੈਂਟ ਔਰ ਪੀ ਆਰ ਦੇ ਰਾਹ ਵੀ ਖੁੱਲ੍ਹਦੇ ਨੇ। ਇੱਕ ਤਾਂ ਹੈ ਵਿਟੀਕਲਚਰ, ਇੱਕ ਹੈ ਬੀ ਕੀਪਿੰਗ ਔਰ ਇੱਕ ਹੈ ਟਰਫ ਮੈਨੇਜਮੈਂਟ। ਇਹ ਤਿੰਨੇ ਕੋਰਸ ਤੁਹਾਡੀ ਪਾਰਟ ਟਾਈਮ ਜੋਬ ਔਰ ਪਰਮਾਨੈਂਟ ਜੋਬ ਦੇ ਰਸਤੇ ਖੋਲ੍ਹਦੇ ਨੇ। ਸੋ ਅੱਜ ਦਾ ਸਮਾਂ ਕੈਨੇਡਾ ਦੇ ਵਿੱਚ ਅੱਖਾਂ ਬੰਦ ਕਰਕੇ ਜਾਣ ਦਾ ਨਹੀਂ ਹੈ, ਤੁਸੀਂ ਉਹ ਕੋਰਸ ਲੈਣੇ ਨੇ ਜਿਨ੍ਹਾਂ ਦੇ ਨਾਲ ਨੌਕਰੀਆਂ ਵੀ ਨੇ, ਪੀ ਆਰ ਵੀ ਹੈ। ਜਸਮੀਤ ਜੀ ਸਾਡੇ ਨਾਲ ਨੇ, ਜਸਮੀਤ ਜੀ ਬਹੁਤ ਬਹੁਤ ਸਵਾਗਤ ਹੈ। ਜਸਮੀਤ ਜੀ, ਤਿੰਨੇ ਕੋਰਸ ਮੈਂ ਚਾਹੂੰਗਾ ਇੱਕ ਇੱਕ ਕਰਕੇ ਇਹਨਾਂ ਦੀ ਇੰਪੋਰਟੈਂਸ ਵੀ ਦੱਸੋ, ਰਿਕੁਆਇਰਮੈਂਟ ਵੀ ਦੱਸੋ ਔਰ ਕੀ ਜਨਵਰੀ ਇਨਟੇਕ ਦੇ ਵਿੱਚ ਵੀ ਇਹ ਕੋਰਸ ਓਪਨ ਨੇ। ਸੀ ਵੇਖੋ, ਇਹ ਕੋਰਸਿਸ ਓਪਨ ਹੈਗੇ ਆ ਇਸ ਟਾਈਮ 'ਤੇ। ਕਮਰਸ਼ਲ ਬੀ ਕੀਪਿੰਗ ਐਂਡ ਵਿਟੀਕਲਚਰ ਆਰ ਪੋਸਟ ਗ੍ਰੈਜੂਏਟ ਪ੍ਰੋਗਰਾਮਸ ਐਲੀਜੀਬਲ ਫੋਰ ਬੈਚਲਰਸ ਇਨ ਬਾਇਓਲੋਜੀ ਜਿਨ੍ਹਾਂ ਨੇ ਕੀਤੀ ਹੈ, ਜਾਂ ਫਿਰ ਬੈਚਲਰਸ ਇਨ ਐਗਰੀਕਲਚਰ ਜਿਨ੍ਹਾਂ ਨੇ ਕੀਤੀ ਹੈ, ਜਾਂ ਜਿਹੜੇ ਕੁਛ ਇਨ ਇਹਦੇ ਰਿਲੇਟਡ ਜਿਨ੍ਹਾਂ ਨੇ ਪੜ੍ਹਾਈ ਕੀਤੀ ਹੈ। ਔਰ ਟਰਫ ਮੈਨੇਜਮੈਂਟ ਇਜ਼ ਐਨ ਅੰਡਰ ਗ੍ਰੈਜੂਏਟ ਲੈਵਲ ਪ੍ਰੋਗਰਾਮ। ਦੋਨੋਂ ਸਾਰੇ ਹੀ ਕੋਰਸਿਸ ਲਈ ਸਾਨੂੰ 6.5 ਬੈਂਡ, ਨੋ ਬੈਂਡ ਲੈਸ ਦੈਨ 6 ਚਾਹੀਦੇ ਨੇ। ਅੱਛਾ, ਸਭ ਲਈ 6.5? ਯੈਸ, ਬਿਕੋਜ਼ ਸਾਰੇ ਹੀ ਪੀ ਜੀ ਪ੍ਰੋਗਰਾਮਸ ਆਰ, ਟਰਫ ਮੈਨੇਜਮੈਂਟ ਇਜ਼ ਅ ਯੂ ਜੀ ਪ੍ਰੋਗਰਾਮ। ਹੁਣ ਇਸ ਤੋਂ ਬਾਅਦ ਅਸੀਂ ਗੱਲ ਕਰ ਲੈਂਦੇ ਹਾਂ ਕਿ ਕਮਰਸ਼ਲ ਬੀ ਕੀਪਿੰਗ ਕਿਵੇਂ ਇੰਪੋਰਟੈਂਟ ਹੈ। ਬਿਕੋਜ਼ ਤੁਹਾਨੂੰ ਪਤਾ ਹੋਏਗਾ ਕਿ ਬਾਹਰਲੇ ਦੇਸ਼ਾਂ 'ਚ ਇਹ ਕਿਹਾ ਜਾਂਦਾ ਹੈ ਕਿ ਜਿੰਨੀ ਪਾਪੂਲੇਸ਼ਨ ਹੈ ਦੁਨੀਆ ਦੀ, ਉਹ ਬੀ ਦੀ ਪਾਪੂਲੇਸ਼ਨ ਦੇ ਨਾਲ ਰਿਲੇਟਿਵਲੀ ਚੱਲਦੀ ਹੈ, ਕਿ ਜਿੰਨੀ ਦੁਨੀਆ ਦੀ ਪਾਪੂਲੇਸ਼ਨ ਹੈ ਓਨੀ ਬੀ ਹੋਣੀ ਜ਼ਰੂਰੀ ਹੈ। ਜੇ ਬੀਜ ਦੀ ਪਾਪੂਲੇਸ਼ਨ ਘਟੇਗੀ ਤਾਂ ਆ ਸਾਡੀ ਹਿਊਮਨ ਪਾਪੂਲੇਸ਼ਨ ਵੀ ਘਟੇਗੀ। ਸੋ ਕਮਰਸ਼ਲ ਬੀ ਕੀਪਿੰਗ ਇਜ਼ ਫਿਊਚਰ। ਸੋ ਇਸ ਲਈ ਕਮਰਸ਼ਲ ਬੀ ਕੀਪਿੰਗ ਨੂੰ ਬਹੁਤ ਜ਼ਿਆਦਾ ਇੰਪੋਰਟੈਂਸ ਦਿੱਤੀ ਜਾਂਦੀ ਹੈ ਔਰ ਉਹਦੇ ਬਹੁਤ ਜ਼ਿਆਦਾ ਫਾਰਮਿੰਗ ਕੀਤੀ ਜਾਂਦੀ ਹੈ। ਐਜ਼ ਕਮਰਸ਼ਲ ਬੀ ਕੀਪਰ ਦੀਆਂ ਬਹੁਤ ਜ਼ਿਆਦਾ ਜੋਬਸ ਹੈਗੀਆਂ ਉੱਥੇ। ਇਸ ਤੋਂ ਇਲਾਵਾ ਅਸੀਂ ਗੱਲ ਕਰਦੇ ਹਾਂ ਤਾਂ ਕੀ ਕਹਿੰਦੇ ਆ, ਅਸੀਂ ਵਿਟੀਕਲਚਰ ਦੀ ਗੱਲ ਕਰਦੇ ਹਾਂ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਵਾਈਨ ਬਹੁਤ ਵੱਡਾ ਵਾਈਨ ਪ੍ਰੋਡਿਊਸਰ ਹੈ ਕੈਨੇਡਾ। ਦੁਨੀਆ 'ਚ ਜਿਹੜੀ ਵਾਈਨ ਆਉਂਦੀ ਹੈ ਉਹ ਕੈਨੇਡਾ 'ਚ ਬਹੁਤ ਜ਼ਿਆਦਾ ਪ੍ਰੋਡਿਊਸ ਹੁੰਦੀ ਹੈ। ਐਂਡ ਬਿਕੋਜ਼ ਕੈਨੇਡਾ ਇਜ਼ ਲੈਂਡ ਆਫ ਇਮੀਗ੍ਰੈਂਟਸ, ਤਾਂ ਬਹੁਤ ਮੇਜਰ ਪਾਪੂਲੇਸ਼ਨ ਯੂਰੋਪੀਅਨ ਵੀ ਕੈਨੇਡਾ 'ਚ ਰਹਿੰਦੀ ਹੈ ਜਿਹੜੇ ਕਿ ਵਾਈਨ ਕੰਜ਼ਿਊਮ ਕਰਦੇ ਨੇ। ਸੋ ਵਿਟੀਕਲਚਰ ਇਜ਼ ਵਾਈਨ ਪ੍ਰੋਡਕਸ਼ਨ। ਸੋ ਤੁਸੀਂ ਪੂਰੇ ਕੈਨੇਡਾ 'ਚ ਜਾਓਗੇ ਤਾਂ ਹਰ ਰੀਜਨ ਦੇ ਵਿੱਚ, ਹਰ ਜਗ੍ਹਾ ਦੇ ਵਿੱਚ ਵਾਈਨਰੀਜ਼ ਆਰ ਦੇਅਰ। ਸੋ ਵਿਟੀਕਲਚਰ ਦਾ ਪ੍ਰੋਗਰਾਮ ਵੀ ਬਹੁਤ ਜ਼ਿਆਦਾ ਡਿਮਾਂਡ 'ਤੇ ਹੈਗਾ। ਔਰ ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਟਰਫ ਮੈਨੇਜਮੈਂਟ। ਤੁਹਾਨੂੰ ਪਤਾ ਹੋਏਗਾ ਕਿ ਦੁਨੀਆ 'ਚੋਂ ਸਭ ਤੋਂ ਜ਼ਿਆਦਾ ਗੋਲਫ ਕੋਰਸਿਸ ਕੈਨੇਡਾ 'ਚ ਹੈਗੇ ਆ। ਸੋ ਉਹਦੀ ਟਰਫ ਮੈਨੇਜ ਕਰਨ ਲਈ ਵੀ ਸਾਨੂੰ ਕੀ ਕਹਿੰਦੇ ਆ, ਸਟੂਡੈਂਟਸ ਜਾਂ ਵਰਕਰਸ ਚਾਹੀਦੇ ਹੈਗੇ ਨੇ। ਐਵਰੇਜ ਸੈਲਰੀ ਜਿੰਨੇ ਵੀ ਕੋਰਸਿਸ ਅਸੀਂ ਡਿਸਕਸ ਕੀਤੇ ਉਹਨਾਂ 'ਚ 70 to 80,000 ਡੋਲਰ ਤੱਕ ਦੀ ਹੈਗੀ ਹੈ ਔਰ ਇਹਦੇ ਵਿੱਚ ਵੀ ਕਾਫੀ ਜ਼ਿਆਦਾ ਸ਼ੋਰਟੇਜ ਹੈਗੀ ਹੈ। ਇਸ ਤੋਂ ਬਾਅਦ ਅਸੀਂ ਕਰਾਂਗੇ ਕਿ ਵਾਈਲਡ ਲਾਈਫ ਕੰਜ਼ਰਵੇਸ਼ਨ 'ਤੇ ਵੀ ਬਹੁਤ ਜ਼ਿਆਦਾ ਪ੍ਰੋਗਰਾਮਸ ਹੈ। ਫਿਸ਼ਰੀਜ਼ 'ਤੇ ਵੀ ਬਹੁਤ ਜ਼ਿਆਦਾ ਪ੍ਰੋਗਰਾਮਸ ਹੈ। ਸੋ ਫਿਸ਼ਰੀਜ਼ ਐਂਡ ਵਾਈਲਡ ਲਾਈਫ, ਜਿਵੇਂ ਫਿਸ਼ ਕਿਵੇਂ ਪ੍ਰੋਡਿਊਸ ਕੀਤੀ ਜਾਂਦੀ ਹੈ, ਤੁਹਾਨੂੰ ਪਤਾ ਹੀ ਹੈ ਕਿ ਫਿਸ਼ ਉਹ ਕੀ ਕਹਿੰਦੇ ਆ, ਇਜ਼ ਵੈਰੀ ਕਾਫੀ ਜ਼ਿਆਦਾ ਕੰਜ਼ਿਊਮ ਹੁੰਦੀ ਹੈ ਫੂਡ ਪ੍ਰੋਡਕਟ ਆਲਸੋ। ਐਂਡ ਫਿਸ਼ਰੀਜ਼ ਦਾ ਪ੍ਰੋਗਰਾਮ ਵੀ ਬਹੁਤ ਵਧੀਆ ਪ੍ਰੋਗਰਾਮ ਹੈ ਔਰ ਮੈਂ ਹੁਣੇ ਵਿਜ਼ਿਟ ਕੀਤਾ ਸੀ ਫਲੇਮਿੰਗ ਕਾਲਜ 'ਚ, ਜਿਹੜਾ ਇਹ ਪ੍ਰੋਗਰਾਮ ਕਰਾ ਰਹੇ ਨੇ ਫਿਸ਼ਰੀਜ਼ ਐਂਡ ਫਿਸ਼ ਪ੍ਰੋਡਕਸ਼ਨ 'ਤੇ। ਔਰ ਉਹ ਉੱਥੇ ਸਾਡੇ ਇੰਡੀਅਨ ਸਟੂਡੈਂਟ ਵਾਜ਼ ਐਨ ਇੰਟਰਨ, ਆਪਣੇ ਪੰਜਾਬ ਦੀ ਲੜਕੀ ਇੰਟਰਨ ਸੀ, ਉਹ ਇੰਟਰਨਸ਼ਿਪ ਕਰ ਰਹੀ ਸੀ। ਸੋ ਫਿਸ਼ਰੀਜ਼ ਐਂਡ ਵਾਈਲਡ ਲਾਈਫ 'ਤੇ ਵੀ ਤੁਸੀਂ ਪ੍ਰੋਗਰਾਮ ਕਰ ਸਕਦੇ ਹੋ ਐਂਡ ਫਿਊਚਰ ਕਾਫੀ ਅੱਛਾ ਹੈ ਇੱਦਾਂ ਦੇ ਪ੍ਰੋਗਰਾਮਸ ਦਾ। ਸੋ ਸਟੂਡੈਂਟਸ, ਬਹੁਤ ਸਾਰੇ ਇੱਦਾਂ ਦੇ ਪ੍ਰੋਗਰਾਮਸ ਹੈਗੇ ਆ ਜਿਹੜੇ ਸਾਨੂੰ ਨਹੀਂ ਪਤਾ ਹੁੰਦੇ ਔਰ ਅਸੀਂ ਨਾ ਪਤਾ ਹੁੰਦੇ ਹਾਂ ਵੀ ਕੀ ਕਹਿੰਦੇ ਆ, ਅਸੀਂ ਕੁਛ ਇੱਦਾਂ ਦੇ ਜਨਰਲ ਪ੍ਰੋਗਰਾਮਸ ਕਰ ਲੈਂਦੇ ਹਾਂ ਜਿਹੜੇ ਸਾਰੀ ਦੁਨੀਆ ਕਰ ਰਹੀ ਹੈ।
ਸੋ ਮੈਂ ਸਾਰਿਆਂ ਨੂੰ ਕਹਾਂਗਾ ਕਿ ਥੋੜ੍ਹਾ ਜਿਹਾ ਹੱਟ ਕੇ ਅਸੀਂ ਪ੍ਰੋਗਰਾਮ ਲਈਏ ਤਾਂ ਤੁਹਾਨੂੰ ਜੋਬਸ ਵੀ ਮਿਲਣਗੀਆਂ, ਹਾਈਲੀ ਪੇਡ ਜੋਬਸ ਮਿਲਣਗੀਆਂ, ਔਰ ਤੁਹਾਡੀ ਸੈਟਲਮੈਂਟ ਵੀ ਕੈਨੇਡਾ 'ਚ ਹੋਏਗੀ। ਚਲੋ, ਬਹੁਤ ਹੀ ਮਹੱਤਵਪੂਰਨ ਸਾਡੇ ਨਾਲ ਟੋਪਿਕ ਡਿਸਕਸ ਕੀਤਾ। ਹੁਣ ਜਨਵਰੀ ਇਨਟੇਕ 'ਚ ਸਾਰੇ ਕੋਰਸਿਸ ਅਵੇਲੇਬਲ ਨੇ? ਆਲਮੋਸਟ ਅੱਜ ਦੀ ਡੇਟ 'ਚ ਸਾਰੇ ਕੋਰਸਿਸ ਅਵੇਲੇਬਲ ਹੈਗੇ ਆ ਜਨਵਰੀ ਇਨਟੇਕ 'ਚ, ਔਰ ਤੁਸੀਂ ਅਪਲਾਈ ਕਰ ਸਕਦੇ ਹੋ। ਕੁਛ ਕਾਲਜਿਸ 'ਚ ਐਪਲੀਕੇਸ਼ਨ ਫੀਸ ਵੇਵਰ ਵੀ ਦਿੱਤਾ ਜਾ ਰਿਹਾ, ਔਰ ਕੁਛ ਕਾਲਜਿਸ 'ਚ ਐਪਲੀਕੇਸ਼ਨ ਫੀਸ ਦੇ ਨਾਲ ਵੀ ਤੁਸੀਂ ਅਪਲਾਈ ਕਰ ਸਕਦੇ ਹੋ। ਚਲੋ, ਥੈਂਕ ਯੂ ਸੋ ਮੱਚ। ਸੋ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਸਾਡੇ ਨਾਲ ਜਸਮੀਤ ਸਿੰਘ ਪਾਟੀਆ ਜੀ ਨੇ ਸਾਂਝੀ ਕੀਤੀ ਹੈ। 9403-9412 ਸਕਰੀਨ 'ਤੇ ਨੰਬਰ ਹੈ। ਜ਼ਿਆਦਾ ਜਾਣਕਾਰੀ ਲਈ ਇਹਨਾਂ ਨੰਬਰਾਂ 'ਤੇ ਤੁਸੀਂ ਕਾਲ ਕਰ ਸਕਦੇ ਹੋ। ਥੈਂਕ ਯੂ ਸੋ ਮੱਚ। ਥੈਂਕ ਯੂ ਸੋ ਮੱਚ।